ਜੀ ਦੋਸ਼コントਲ ਤੁਹਾਡਾ ਸਵਾਗਤ ਹੈ ਤੇ ਗਗਨਦੀਪ ਜੀ ਸਾਡਾ ਅਗਲਾ ਸੈਗਮੈਂਟ ਜੋ ਹੈ ਅਖਬਾਰ ਹਾਜ਼ਰ ਹੈ ਹੁਣ ਉਹਦੇ ਵੱਲ ਰੁਕ ਕਰਦੇ ਹਾਂ ਜੀ ਬਿਲਕੁਲ ਜੀ ਸਾਡਾ ਜਿਹੜਾ ਅਗਲਾ ਸੈਗਮੈਂਟ ਹੈ ਉਹ ਹੈ ਅਖਬਾਰ ਹਾਜ਼ਰ ਅਖਬਾਰਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਪਈਆਂ ਨੇ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਹੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਦੇ ਸਬੰਧ ਵਿੱਚ ਜਿਹੜੇ ਸਾਡੇ ਪੰਚ ਦੇਸ਼ ਦੇ ਪ੍ਰਧਾਨ ਮੰਤਰੀ ਨરેਂਦਰ ਮੋਦੀ ਜੀ ਜਿਹੜੇ ਉੱਥੇ ਸ਼ਾਮਲ ਹੋਣਾ ਸੀਗਾ ਉੱਥੇ ਸਾਡੇ ਗ੍ਰਹਿ ਮੰਤਰੀ ਜਿਹੜੇ ਨੇ ਹਮੇਸ਼ਾ ਜੀ ਨੇ ਸੰਬੋਧਨ ਕੀਤਾ ਆ ਉੱਥੇ ਉਹਨਾਂ ਨੇ ਇਹੀ ਗੱਲ ਆਖੀ ਆ ਕਿ ਜਿਹੜਾ ਜਿਹੜਾ ਸਾਡੇ ਗੁਰੂਆਂ ਪੀਰਾਂ ਦੀ ਯਾਨੀ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਗੁਰਗੋਬਿੰਦ ਸਿੰਘ ਜੀ ਦੀ ਸ਼ਹਾਦਤ ਦੀ ਜਿਹੜੀ ਚਿੰਗ ਹੈ ਅੱਜ ਉਹੀ ਜਿਹੜੀ ਆ ਰੰਗ ਲਾਰੀ ਆ ਉਹਦੇ ਜਿਹੜਾ ਆ ਬਲਬੂਤੇ ਤੇ ਜਿਹੜਾ ਆ ਇਹ ਹਿੰਦੂ ਭਾਈਚਾਰਾ ਹਿੰਦੂ ਸਮਾਜ ਜਿਹੜਾ ਆ ਉਹ ਅੱਜ ਇੱਥੇ ਜਿਹੜਾ ਆ ਦਿਖ ਰਿਹਾ ਆ ਤੇ ਅਸੀਂ ਵੀ ਜਿਹੜਾ ਆ ਯਾਨੀ ਕਿ ਬੀਜੇਪੀ ਜਿਹੜੀ ਆ ਉਹ ਹਿੰਦੂ ਮੁਸਲਮ ਭਾਈਚਾਰੇ ਦੇ ਉੱਤੇ ਜਿਹੜੀ ਆਪਣੀ ਜਾਨ ਜਿਹੜੀ ਆ ਨਿਸ਼ਾਵਰ ਕਰ ਰਹੀ ਆ ਸੋ ਇਸੇ ਤਰ੍ਹਾਂ ਦੀਆਂ ਜੜੀਆਂ ਗੱਲਾਂ ਬਾਤਾਂ ਉੱਥੇ ਜਿਹੜੀਆਂ ਕੀਤੀਆਂ ਗਈਆਂ ਤੇ ਦੂਜੇ ਪਾਸੇ ਉਹਨਾਂ ਦੇ ਬਿਆਨ ਦੇ ਉੱਤੇ ਦੇਖਿਆ ਜਾਵੇ ਕਿ ਜੋ ਇਸ ਸਮੇਂ ਪੰਜਾਬ ਦੀ ਗੱਲ ਕਰ ਲਈਏ ਚਾਹੇ ਅਸੀਂ ਭਾਰਤ ਦੀ ਗੱਲ ਕਰ ਲਈਏ ਜਿੱਥੇ ਘੱਟ ਗਿਣਤੀਆਂ ਦੇ ਨਾਲ ਜਿਹੜਾ ੱੱਕਾ ਹੋ ਰਿਹਾ ਆ ਤੇ ਜੇ ਉਹਨਾਂ ਦੇ ਕੱਲ ਦੇ ਭਾਸ਼ਣ ਦੇ ਵਿੱਚ ਅਸੀਂ ਮੇਲ-ਜੋਲ ਕਰਕੇ ਦੇਖੀਏ ਤਾਂ ਜਿਹੜਾ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਲਟ ਦੇਖਦੀਆਂ ਨੇ ਤੇ ਦੂਜੇ ਪਾਸੇ ਜਿਹੜਾ ਆ ਇਸ ਨੂੰ ਜਿਹੜਾ ਜੋੜ ਕੇ ਅਸੀਂ ਦੇਖਦੇ ਹਾਂ ਜਿਵੇਂ ਜਹਾਗირი ਦੇ ਵਿੱਚ ਜਿਹੜਾ ਆ ਉੱਥੇ ਜਿਹੜਾ ਆ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹਾਲੇ ਕਿ ਜਿਹੜਾ ਆ ਜਿਹੜਾ ਆ ਹਾਈ ਕੋਰਟ ਨੇ ਸਿਰਫ ਇਹ ਕਿਹਾ ਹੈ ਕਿ ਵੀ ਜਿਹੜਾ ਆ ਉੱਥੇ ਨਜਾਇਜ਼ ਕਬਜ਼ੇ ਜਿਹੜੇ ਹਟਾ ਦੇਣੇ ਚਾਹੀਦੇ ਆ ਪਰ ਉਹਨਾਂ ਨੂੰ ਜਿਹੜਾ ਆ ਇਸ ਦੀ ਜਿਹੜੀ ਆ ਪੂਰੀ ਜਿਹੜੀ ਆ ਕਮਾਂਡ ਨਹੀਂ ਦਿੱਤੀ ਗਈ ਆ ਕਿ ਜਿਹੜਾ ਆ ਉਹ ਹਟਾ ਹੀ ਦੇਣਾ ਚਾਹੀਦਾ ਆ ਸੋ ਇਸ ਕਰਕੇ ਜਿਹੜਾ ਆ ਕਹਿਣਾ ਕੁਝ ਹੋਰ ਐ ਤੇ ਕਰਨਾ ਕੁਝ ਹੋਰ ਐ ਹਾਥੀ ਤੇ ਦੰਦਾਂ ਵਾਲਾ ਜਿਹੜਾ ਆ ਉਹ ਕੰਮ ਹੋਇਆ ਪਿਆ ਆ ਤੇ ਜਿੱਥੇ ਸਾਡੇ ਗ੍ਰਹਿ ਮੰਤਰੀ ਸਾਰੇ ਭਾਈਚਾਰੇ ਦੀ ਜਿਹੜੀ ਆ ਇੱਕੋ ਆਪਸੀ ਸਾਂਝ ਬਾਰੇ ਜਿਹੜੀ ਗੱਲਬਾਤ ਕਰਦੇ ਆ ਜਾਂ ਦੱਸਦੇ ਆ ਤੇ ਉਹ ਦੂਜੇ ਪਾਸੇ ਜੇ ਅਸੀਂ ਆਪਣੇ ਦੇਸ਼ ਦੀ ਗੱਲ ਕਰਕੇ ਦੇਖੀਏ ਭਾਰਤ ਦੇ ਤੇ ਜਾਂ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਜਿਹੜਾ ਘੱਟ ਗਿਣਤੀਆਂ ਤੇ ਜਿਹੜਾ ਲਗਾਤਾਰ ਜਿਹੜਾ ਹਮਲਾ ਹੋ ਰਿਹਾ ਆ ਉਹ ਕਿਤੇ ਵੀ ਜਿਹੜਾ ਆ ਉਹ ਜਿਹੜਾ ਮੇਲਜੋਲ ਨਹੀਂ ਖਾਂਦਾ ਸੋ ਇਸ ਕਰਕੇ ਜਿਹੜਾ ਆ ਇਹ ਇੱਕ ਭਾਸ਼ਣ ਸੀਗਾ ਉੱਥੇ ਜਿਹੜਾ ਆ ਗ੍ਰਹਿ ਮੰਤਰੀ ਨੇ ਦਿੱਤਾ ਉਹ ਭਾਸ਼ਣ ਹੀ ਰਹੇਗਾ ਤੇ ਜਿਹੜਾ ਅਸਲ ਸੱਚਾਈ ਆ ਜਿਹੜੀ ਆ ਉਹ ਉੱਪਰ ਕੇ ਸਾਹਮਣੇ ਜਿਹੜੇ ਆ ਉਹ ਜਿਹੜਾ ਅੱਜ ਦੀਆਂ ਸੁਰਖੀਆਂ ਦੇ ਵਿੱਚ ਜਾਂ ਤੁਸੀਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਅੱਜ ਕੀ ਕੱਲ ਕੀ ਜਾਂ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਜਿਹੜਾ ਆ ਉਹ ਪੜਦੇ ਰਹੋਗੇ ਜੀ ਇੱਕ ਆਵੀ ਹੈਡਲਾਈਨ ਸਾਹਮਣੇ ਆਈ ਪੰਜਾਬ ਕਾਂਗਰਸੀ ਰਾਜਾ ਵੜਿੰਗ ਨੇ ਸੰਭੀ ਕਮਾਂਡਤਾਜ਼ ਪੋਸ਼ੀ ਤੋਂ ਬਾਅਦ ਬੋਲੇ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਪ੍ਰਧਾਨਗੀ ਦੀ ਕਮਾਂਡ ਸੰਭਾਲ ਲਈ ਹੈ ਉਹਨਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਸੁਬਾਈ ਮੁਖ ਦਫ਼ਤਰ ਚੰਡੀਗੜ੍ਹ ਵਿਖੇ ਹੋਣ ਵਾਲੇ ਇੱਕ ਸਾਦੇ ਸਮਾਗਮ ਦੌਰਾਨ ਅਹੁਦਾ ਸੰਭਾਲ ਲਿਆ ਹੈ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਪੂਸ਼ਨ ਆਸ਼ੂ ਅਹੁਦਾ ਸੰਭਾਲ ਲਿਆ ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਮਾਮਲੇ ਦੇ ਜੋ ਇੰਚਾਰਜ ਨੇ ਹਰੀਸ਼ ਚੌਧਰੀ ਉਹ ਵੀ ਹਾਜ਼ਰ ਸਨ ਤੇ ਦੋਵੇਂ ਨਵੇਂ ਨਿਯੁਕਤ ਕੀਤੇ ਗਏ ਮੈਂਬਰ ਪਾਰਟੀ ਦੇ ਸੁਬਾਈ ਮੁਖ ਦਫ਼ਤਰ ਚੰਡੀਗੜ੍ਹ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਉਹਨਾਂ ਨੇ ਅਹੁਦਾ ਸੰਭਾਲ ਲਿਆ ਆਸ ਪੁੱਛੇ ਤੋਂ ਬਾਅਦ ਰਾਜਾਵੜਿੰਗ ਨੇ ਕਿਹਾ ਕਿ ਸੀਨੀਅਰ ਆਗੂਆਂ ਦਾ ਕਾਂਗਰਸ ਵਿੱਚ ਵੱਡਾ ਯੋਗਦਾਨ ਹੈ ਤੇ ਉਹ ਸਾਨੂੰ ਸੇਧ ਦੇਣਗੇ ਰਾਜਾਵੜਿੰਗ ਨੇ ਅਨੁਸ਼ਾਸਨ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਵਿਚਾਰਧਾਰਾ ਹੈ ਉਹਨਾਂ ਨੇ ਕਿਹਾ ਕਿ ਅਨੁਸ਼ਾਸਨ ਲਈ 3 ਡੀ ਡਿਸਪਲਿਨ ਡੈਡیکیشن ਤੇ ਡਾਇਲੌਗ ਅਪਣਾਉਣੇ ਪੈਣਗੇ ਬਿਲਕੁਲ ਤੇ ਮਨ ਮਰਜ਼ੀ ਦੀ ਰਣਨੀਤੀ ਨਾਲ ਪਾਰਟੀ ਨਹੀਂ ਚੱਲਦੀ ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਕਾਮਯਾਬ ਹੋਵਾਂਗੇ ਜੇ ਅਨੁਸ਼ਾਸਨ ਨਹੀਂ ਤਾਂ ਕੁਝ ਨਹੀਂ ਕਰ ਸਕਦੇ ਤੇ ਇਸ ਮੌਕੇ ਤੇ ਕਾਰਜਕਾਰੀ ਪ੍ਰਧਾਨ ਭਾਰਤ ਪੂਸ਼ਨ ਆਇਸ਼ੂ ਨੇ ਕਾਂਗਰਸ ਹਾਈ ਕਮਾਂਡ ਤੇ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਸਾਹੇ ਤੇ ਇਹ ਵੀ ਕਿਹਾ ਕਿ ਵਿਅਕਤੀਗਤ ਬ੍ਰਾਂਡਿੰਗ ਨਾ ਹੋਵੇ ਸਿਰਫ ਕਾਂਗਰਸ ਦਾ ਝੰਡਾ ਬੁਲੰਦ ਹੋਵੇ ਉਹਨਾਂ ਇਹ ਵੀ ਕਿਹਾ ਕਿ ਲੀਡਰਸ਼ਿਪ ਵਰਕਰ ਕੋਲ ਪਹੁੰਚੇ ਅਜੇ ਹੀ ਕਾਂਗਰਸੀ ਜ਼ਰੂਰਤ ਹੈ ਤੇ ਹਰ ਪ੍ਰੋਗਰਾਮ ਵਿੱਚ ਵਰਕਰਾਂ ਦੀ ਦਾਇ ਸ਼ਾਮਲ ਹੋਵੇਗੀ ਉਹਨਾਂ ਕਹੇ ਕਿ ਕਾਂਗਰਸ ਨੂੰ ਫਿਰ ਤੋਂ ਉਚਾਈਆਂ ਤੇ ਲੈ ਕੇ ਜਾਵਾਂਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸੀਨੀਅਰ ਆਗੂਆਂ ਦੇ ਸਾਥ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜੀ ਬਿਲਕੁਲ ਜੀ ਮਕਸਦ ਇਹ ਹੈ ਕਿ ਕਾਂਗਰਸ ਇਹਦਾ ਚੱਲ ਪਾਏਗੀ ਹੁਣ ਦੁਆਰਾ ਤੋਂ ਬਿਲਕੁਲ ਜੀ ਬਿਲਕੁਲ ਤੇ ਇੱਕ ਗੱਲ ਇਹ ਹੀ ਆ ਕਿ ਰਾਜਾਪੁਰਿੰਗ ਜਿਹਦੇ ਜਿਹੜੇ ਆ ਪ੍ਰਧਾਨਗੀ ਅੱਜ ਜਿਹੜੀ ਆ ਉਹਨਾਂ ਨੇ ਲਈਤੀ ਅੱਜ ਉਹਨਾਂ ਨੇ ਜਿਹੜਾ ਆ ਉਹ ਆਪਣਾ ਆਪਦਾ ਸੰਭਾਲਿਆ ਉਹਦੇ ਵਿੱਚ ਇੱਕ ਗੱਲ ਜਿਹੜੀ ਆ ਦੇਖਣ ਨੂੰ ਜਿਹੜੀ ਆ ਖਾਸ ਮਿਲਿਆ ਉਹਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਜੀ ਜਿਹੜੇ ਨੇ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਦਿਖੀ ਆ ਤੇ ਅੱਜ ਕੱਲ ਜਿਹੜੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨੇ ਕਾਫੀ ਜਿਹੜੇ ਨੇ ਉਹ ਪ੍ਰੈਸ ਕਾਨਫਰੰਸਾਂ ਕਰਦੇ ਨੇ ਚਾਹੇ ਉਹ ਬਿਜਲੀ ਦੇ ਮੁੱਦੇ ਦੀ ਗੱਲ ਹੋਵੇ ਚਾ ਦੀ ਗੱਲ ਹੋਵੇ ਤੇ ਚਾਹੇ ਜਿਹੜਾ ਆ ਉਹ ਆਮ ਆਦਮੀ ਪਾਰਟੀ ਤੇ ਜਿਹੜਾ ਆ ਇਸ ਸਮੇ ਵਰਤੀਰਾ ਚੱਲਿਆ ਆ ਉਹਦੀ ਗੱਲ ਕਰ ਲਈਏ ਚਾਹੇ ਉਹ ਕਿਸੇ ਵੀ ਧਰਨੇ ਦੀ ਗੱਲ ਕਰ ਲਈਏ ਜਿਵੇਂ ਪਿਛਲੇ ਸਮੇਂ ਦੇ ਵਿੱਚ ਲੱਗਿਆ ਸੀਗਾ ਤਨਾ ਗੁਰੂਗਰਾਂਨ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਕਾਫੀ ਜਿਹੜਾ ਆ ਉਹ ਉੱਪਰ ਉੱਪਰ ਕੇ ਜਿਹੜਾ ਆ ਉਹ ਸਾਹਮਣੇ ਆਇਆ ਪਰ ਆਪਣੀ ਪਾਰਟੀ ਦੇ ਵਿੱਚ ਹੀ ਜਿਹੜਾ ਆ ਉਹ ਸ਼ਾਮਿਲ ਨਹੀਂ ਆ ਇਸ ਤੋਂ ਜਿਹੜਾ ਇਹ ਸੰਕੇਤ ਮਿਲਦਾ ਆ ਹੋ ਸਕਦਾ ਕਿਤੇ ਨਾ ਕਿਤੇ ਉਹ ਇਸ ਤੋਂ ਨਾ ਖੁਸ਼ ਵੀ ਨਾ ਹੋਣ ਇਹ ਵੀ ਚਾਹੁੰਦੇ ਹੋਣ ਕਿ ਜਿਹੜੀ ਆ ਇਹ ਪ੍ਰਧਾਨਗੀ ਜਿਹੜੀ ਆ ਮੇਰੇ ਤੋਂ ਲਈ ਗਈ ਆ ਜਾਂ ਮੈਨੂੰ ਹੀ ਜਿਹੜਾ ਦੁਬਾਰਾ ਜਿਹੜਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਸੀਗਾ ਤੇ ਦੂਜੀ ਗੱਲ ਇਹ ਵੀ ਅਸੀਂ ਕਹਿ ਸਕਦੇ ਆ ਕਿ ਜਿਹੜਾ ਆ ਅ ਬੀ ਇਸ ਤਰ੍ਹਾਂ ਲੱਗਦਾ ਆ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਜਿਹੜਾ ਆ ਇੱਕ ਹੋਰ ਅਲੱਗ ਪਾਰਟੀ ਤੋਂ ਵੀ ਜਿਹੜਾ ਆ ਬਣਾ ਸਕਦੇ ਨੇ ਪਰ ਇਹਦੇ ਬਾਰੇ ਜਿਹੜਾ ਆ ਹਲੇ ਅਨੁਮਾਨ ਹੀ ਆ ਪਰ ਇਹ ਪੱਕਾ ਨਹੀਂ ਆ ਕਿ ਜਿਹੜਾ ਆ ਇਸ ਤਰ੍ਹਾਂ ਜਿਹੜਾ ਆ ਹੋਏਗਾ ਪਰ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਅੱਜਕੱਲ ਜਿਹੜੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਉਹ ਕਾਫੀ ਜਿਹੜਾ ਨਾ ਉਹ ਵਾਇਰਲ ਨੇ ਯਾਨੀ ਕਿ ਕਾਫੀ ਜਿਹੜੇ ਨੇ ਉਹ ਐਕਟਿਵ ਨੇ ਕੱਲ ਜਿਹੜਾ ਉਹਨਾਂ ਨੇ ਰਾਜਪਾਲ ਦੇ ਨਾਲ ਵੀ ਜਿਹੜੀ ਆ ਮੁਲਾਕਾਤ ਕੀਤੀ ਆ ਉਸ ਦੇ ਵਿੱਚ ਜਿਹੜਾ ਆ ਕਾਫੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਆ ਤੇ ਪੰਜਾਬ ਦੇ ਰੋਡ ਮੈਪ ਬਾਰੇ ਵੀ ਜਿਹੜੀ ਆ ਗੱਲਬਾਤ ਕੀਤੀ ਗਈ ਆ ਤੇ ਇਸੇ ਤਰ੍ਹਾਂ ਜਿਹੜਾ ਉਹ ਐਕਟਿਵ ਸੀਗੇ ਪਰ ਆਪ ਦੀ ਜਿਹੜੀ ਆ ਕਾਂਗਰਸ ਪਾਰਟੀ ਦਾ ਜਦੋਂ ਪ੍ਰਧਾਨ ਦੀ ਨਿਯੁਕਤੀ ਹੋਣੀ ਸੀ ਜਾਂ ਉਹਨੇ ਅਹੁਦਾ ਸੰਭਾਲਣਾ ਸੀਗਾ ਉਦੋਂ ਜਿਹੜਾ ਆ ਉਹ ਲਗਾਤਾਰ ਉੱਥੋਂ ਜਿਹੜਾ ਆ ਉਹ ਜਿਹੜਾ ਆ ਗੈਰ ਹਾਜ਼ਰ ਦਿਖੇ ਜੀ ਤੇ ਗੱਲ ਕਰੀਏ ਕਿ ਮਕਸਰ ਜ਼ਿਲ੍ਹੇ ਦੇ ਗਿੱਦੜ ਬਾਹਾ ਹਲਕੇ ਤੋਂ ਤੀਜੀ ਵਾਰ ਵਿਧਾਇਕ ਬਣੇ ਤੇ ਸਾਬਕਾ ਟਰਾਂਸਪੋਰਟ ਮਿਨਿਸਟਰ 40 ਸਾਲਾ ਬੜਿੰਗ ਨੂੰ ਨੌਪ੍ਰਾਨੂ ਪਾਰਟੀ ਦੀ ਸੂਬਾਈ ਕਾਇਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੀ ਥਾਂ ਉਤੇ ਅਹੁਦਾ ਸੰਭਾਲ ਲਿਆ ਸੀ ਜੀ ਬਿਲਕੁਲ ਜੀ ਤੇ ਗੱਲ ਕਰੀਏ ਹੁਣ ਅਗਲੀ ਵੱਡੀ ਖਬਰ ਦੀ ਪੀਐਮ ਮੋਦੀ ਨੇ ਲਾਲ ਕਿਲੇ ਤੋਂ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਜਿਹੜਾ ਸਿੱਕਾ ਤੇ ਡਾਕ ਟਿਕਟ ਵੀ ਜਿਹੜੇ ਨੇ ਉਹ ਜਾਰੀ ਕੀਤੇ ਨੇ ਗੁਰਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਸ਼ਾਮਲ ਹੋਏ ਸਨ ਲਾਲ ਕਿਲੇ ਤੋਂ ਗੁਰੂ ਜੀ ਦੇ ਨਾਂ ਤੇ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਜਿਹੜਾ ਆ ਉਹਨਾਂ ਨੇ ਜਾਰੀ ਕੀਤਾ ਪੀਐਮ ਨੇ ਗੁਰਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਜਿਹੜਾ ਯਾਦ ਕਰਦੇ ਆ ਕਿਹਾ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਜਿਹੜੇ ਗੁਰਸਹਿਬਾਨਾਂ ਵੱਲੋਂ ਜਿਹੜੇ ਦਿਖਾਏ ਗਏ ਮਾਰਗ ਉੱਤੇ ਚੱਲਣ ਦੀ ਜ਼ਰੂਰਤ ਹੈ ਤੇ ਦੂਸਰੀ ਗੱਲ ਰੁਹੀਤ ਜੀ ਇਹ ਵੀ ਆ ਕਿ ਜਿਹੜੇ ਸਾਡੇ ਗ੍ਰਹਿ ਮੰਤਰੀ ਹਮੇਸ਼ਾ ਜੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਹਾਲਾਂਕਿ ਚਾਹੇ ਜਿਹੜਾ ਗੁਰਤੇਗ ਬਹਾਦਰ ਜੀ ਦਾ ਇਥੇ ਪ੍ਰਕਾਸ਼ ਦਿਹਾੜਾ ਸੀਗਾ ਪਰ ਉਹਨਾਂ ਦੀ ਸ਼ਹਾਦਤ ਨੂੰ ਜਿਹੜਾ ਆ ਇਥੇ ਜਿਹੜਾ ਆ ਯਾਦ ਕੀਤਾ ਗਿਆ ਤੇ ਉਹਨਾਂ ਦੀ ਸ਼ਹਾਦਤ ਜਿਹੜੀ ਆ ਲਾਸਾਨੀ ਕੁਰਬਾਨੀਆਂ ਜਿਹੜੀ ਉਹਨਾਂ ਨੂੰ ਇਥੇ ਯਾਦ ਕਰਕੇ ਜਿਹੜਾ ਆ ਉਹ ਹਿੰਦੂਵਾਦੀ ਕਿਵੇਂ ਰੱਖਿਆ ਕੀਤੀ ਆ ਉਸ ਦੇ ਬਾਰੇ ਜਿਹੜਾ ਆ ਜਿਹੜਾ ਵਿਸ਼ੇਸ਼ ਜਿਹੜਾ ਆ ਉਹ ਮਤਲਬ ਜਿਹੜਾ ਆ ਗੱਲਬਾਤ ਕੀਤੀ ਗਈ ਤੇ ਇਹੀ ਲੋਕਾਂ ਦੇ ਵਿੱਚ ਕਾਫੀ ਜਿਹੜਾ ਆ ਪ੍ਰਸੰਗ ਬਣਿਆ ਹੋਇਆ ਆ ਤੇ ਗੁਰਤੇਗ ਬਹਾਦਰ ਜੀ ਦੀ ਕੁਰਬਾਨੀ ਨੇ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਜਿਹੜਾ ਆਪਣੀ ਸੰਸਕ੍ਰਿਤੀ ਤੇ ਇਸ ਦੇ ਮਾਨ ਸਨਮਾਨ ਦੀ ਰੱਖਿਆ ਲਈ ਜਿਹੜਾ ਜੀਨ ਤੇ ਮਰਨ ਦੀ ਜਿਹੜੀ ਆ ਉਹ ਪ੍ਰੇਰਿਤ ਕੀਤਾ ਆ ਵੱਡੀਆਂ ਸ਼ਕਤੀਆਂ ਲੋਪ ਹੋ ਗਈਆਂ ਨੇ ਵੱਡੇ ਵੱਡੇ ਤੂਫਾਨ ਸ਼ਾਂਤ ਹੋ ਗਏ ਨੇ ਪਰ ਭਾਰਤ ਅਜੇ ਵੀ ਜਿਹੜਾ ਆ ਅਮਰ ਹੈ ਅੱਗੇ ਵਧ ਰਿਹਾ ਹੈ ਇਹ ਭਾਰਤ ਭੂਮੀ ਸਿਰਫ ਦੇਸ਼ ਹੀ ਨਹੀਂ ਹੈ ਸਗੋਂ ਇਹ ਸਾਡੀ ਮਹਾਨ ਵਿਰਾਸਤ ਹੈ ਸਾਡੀ ਮਹਾਨ ਪਰੰਪਰਾ ਹੈ ਇਸ ਨੂੰ ਸਾਡੇ ॠषि ਮਨੂਆ ਯਾਨੀ ਕਿ ਗੁਰੂਆਂ ਪੀਰਾਂ ਨੇ ਲੱਖਾਂ ਸਾਲਾਂ ਦੀ ਤਪੱਸਿਆ ਨਾਲ ਜਿਹੜਾ ਆ ਇਸ ਨੂੰ ਸਿੰਜਾਇਆ ਇਸ ਨੂੰ ਵਿਚਾਰਾਂ ਨਾਲ ਭਰਪੂਰ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲਾਲ ਕਿਲੇ ਦੇ ਨੇੜੇ ਗੁਰਦੁਆ ਤੇ ਇੱਕ ਬਹਾਦਰ ਜੀ ਦੀ ਅਮਰ ਕੁਰਬਾਨੀ ਦਾ ਪ੍ਰਤੀ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਵੀ ਹੈ ਇਹ ਪਵਿੱਤਰ ਗੁਰਦੁਆਰਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਮਹਾਨ ਸਭਿਆਚਾਰਕ ਦੀ ਰੱਖਿਆ ਲਈ ਗੁਰਤੇਗ ਬਹਾਦਰ ਜੀ ਦੀ ਜਿਹੜੀ ਆ ਕਿੰਨੀ ਵੱਡੀ ਜਿਹੜੀ ਆ ਕੁਰਬਾਨੀ ਸੀ ਤੇ ਕਿੰਨੇ ਮਹਾਨ ਜਿਹੜੇ ਗੁਰਤੇਗ ਬਹਾਦਰ ਜੀ ਸੀ ਤੇ ਅਗਲਾ ਮੁੱਦਾ ਇਹ ਕਿ ਨਵਜੋਤ ਸਿੱਧੂ ਦੇ মিডিਆ ਸਲਾਹਕਾਰ ਨੇ ਨਵੇਂ ਪ੍ਰਧਾਨ ਰਾਜਾ ਬੜਿੰਗ ਤੇ ਚੁੱਕ ਦਿੱਤੇ ਨੇ ਸਵਾਲ ਭਾਵੇਂ ਅੱਜ ਨਵ ਨਿਊਜ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਮਿਲ ਗਈ ਹੈ ਪਰ ਖਾਣਾ ਜੰਗੀ ਅਜੇ ਵੀ ਕਾਇਮ ਹੈ ਕਾਂਗਰਸ ਹੁਣ ਦੋ ਹਿੱਸਿਆਂ ਵਿੱਚ ਟਿਕ ਰਹੀ ਹੈ ਇੱਕ ਪਾਸੇ ਕਾਂਗਰਸ ਹੈ ਤੇ ਦੂਜੇ ਪਾਸੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਰਾਜਾਵੜੀਂ ਦੇ ਅਹੁਦਾ ਸੰਭਾਲਨ ਦੌਰਾਨ ਸਿੱਧੂ ਕਾਂਗਰਸ ਪਵੰਤਾ ਆਏ ਪਰ ਇਸ ਸਮਾਗਮ ਤੋਂ ਦੂਰੀ ਬਣਾ ਕੇ ਰੱਖੀ ਤੇ ਸਮਾਗਮ ਤੋਂ ਸਾਬਕਾ ਕਾਂਗਰਸ ਸੁਨੀਲ ਜਾਖੜ ਵੀ ਜੇ ਜੋਸ ਸਨੋਂ ਗੈਰ ਹਾਜ਼ਰ ਸਨ ਤੇ ਇਸ ਸਭ ਵਿਚਾਰੀ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ सुरेंद्र ਡੱਲਾ ਨੇ ਇੱਕ ਟਵੀਟ ਕੀਤਾ ਤੇ ਨਵੇਂ ਨਵੇਂ ਪ੍ਰਧਾਨ ਰਾਜਾ ਵਰਿੰਗ ਤੇ ਸਵਾਲ ਚੁੱਕ ਦਿੱਤੇ सुरेंद्र ਡੱਲਾ ਨੇ ਟਵੀਟ ਕੀਤਾ ਕਿ ਨਵੇਂ ਕਾਂਗਰਸ ਪ੍ਰਧਾਨ ਦੇ ਸੌ ਚੁੱਕ ਭਾਸ਼ਣ ਵਿੱਚੋਂ ਪੰਜਾਬ ਲਈ ਸੰਘਰਸ਼ ਦੀ ਲਲਕਾਰ ਪੰਜਾਬ ਦੇ ਮੁੱਦਿਆਂ ਤੇ ਲੜਾਈ ਦਾ ਖੁੱਲਾ ਐਲਾਨ ਤੇ ਕਾਂਗਰਸ ਚ ਕਰਪਸ਼ਨ ਤੇ ਕਰਪਟ ਲੀਡਰਾਂ ਦੇ ਖਾਤਮੇ ਵਰਗੇ ਮੁੱਦੇ ਗਾਇਬ ਸੀ ਪ੍ਰਾਊਡ ਆਫ ਯੂ ਨਵਜੋਤ ਸਿੱਧੂ ਜੋ ਅਹੁਦਿਆਂ ਲਈ ਨਹੀਂ ਪੰਜਾਬ ਲਈ ਜਾਂਦਾ ਮਰਦਾ ਪੰਜਾਬੀਆਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ ਕਾਂਗਰਸ ਆਗੂ ਸ਼ਮਸ਼ੇਰ ਸਿੰਘ ਦੁੱਲੂ ਨੇ ਕਿਹਾ ਕਿ ਰਾਜਾ ਬੜਿੰਗ ਰਾਜਾ ਬੜਿੰਗ ਅੱਗੇ ਵੱਡੀ ਚੁਣੌਤੀ ਹੈ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਤੇ ਰਾਜਾ ਬੜਿੰਗ ਵੱਲੋਂ ਲੋਕਾਂ ਨੂੰ ਦੱਸਣਾ ਪੈਣਾ ਹੈ ਕਿ ਕਾਂਗਰਸ ਪਾਰਟੀ ਮਾਫੀਆ ਨਾਲ ਨਹੀਂ ਹੈ ਉਹਨਾਂ ਨੇ ਕਿਹਾ ਕਿ ਮਾਫੀਆ ਕਰਕੇ ਹੀ ਕਾਂਗਰਸੀ ਚੋਣਾ ਵਿਚਾਰ ਹੋਈ ਤੇ ਇਹ ਵੀ ਦੱਸਦੀ ਤੁਹਾਨੂੰ ਨਾਲ ਹੀ ਕਿ ਅੱਜ ਪੰਜਾਬ ਕਾਂਗਰਸ ਦੇ ਨਵinink ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਸੂਬਾ ਪ੍ਰਧਾਨਗੀ ਦੀ ਕਮਾਂਡ ਜੁਆ ਇਸੈਂਬਲੀ ਤੇ ਉਹਨਾਂ ਨੇ ਪਾਰਟੀ ਦੇ ਸੀਨੀਅਰ ਅਗਵਾ ਦੀ ਹਾਜ਼ਰੀ ਵਿੱਚ ਸੁਬਾਈ ਮੁਖ ਦਫਤਰ ਚੰਡੀਗੜ੍ਹ ਵਿਖੇ ਹੋਣ ਵਾਲੇ ਇੱਕ ਸਾਦੇ ਸਮਾਗਮ ਦੌਰਾਨ ਜੋ ਸੀ ਅਹੁਦਾ ਆਪਣਾ ਸੰਭਾਲ ਲਿਆ ਤੇ ਉਹਨਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਪੁਸ਼ਨ ਆਸ਼ੂ ਵੀ ਉਹਨਾਂ ਨੇ ਵੀ ਅਹੁਦਾ ਸੰਭਾਲ ਲਿਆ ਸੀ ਜੀ ਬਿਲਕੁਲ ਜੀ ਤੇ ਜਿੱਥੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਹੜਾ ਆ ਇੱਕ ਵੱਡਾ ਫਤਵਾ ਜਾਰੀ ਕੀਤਾ ਗਿਆ ਸੀਗਾ 92 ਸੀਟਾਂ ਦਵਾਈਆਂ ਗਈਆਂ ਸੀ ਲੋਕਾਂ ਨੂੰ ਜਿਹੜਾ ਆ ਇਹ ਸੀਗਾ ਕਿ ਜਿਹੜਾ ਆ ਆਮ ਆਦਮੀ ਪਾਰਟੀ ਸਾਡੇ ਜਿਹੜੇ ਹੱਕ ਦੇ ਵਿੱਚ ਭੁਗਤੇ ਕਿ ਸਾਡੇ ਜਿਹੜਾ ਅ ਜਿਹੜਾ ਜਿਹੜਾ ਰਾਹਤ ਲੈ ਕੇ ਆਏਗੀ ਚਾਹੇ ਉਹ ਬਿਜਲੀ ਦੀ ਗੱਲ ਕਰ ਲਈਏ ਚਾਹੇ ਅਸੀਂ ਉਹ ਕਰਪਸ਼ਨ ਦੀ ਗੱਲ ਕਰ ਲਈਏ ਚਾਹੇ ਉਹ ਮਾਫੀਆ ਦੀ ਗੱਲ ਕਰ ਲਈਏ ਤੇ ਚਾਹੇ ਉਹ ਖਨਣ ਦੀ ਗੱਲ ਕਰ ਲਈਏ ਚਾਹੇ ਨਸ਼ਿਆਂ ਦੀ ਗੱਲ ਕਰ ਲਈਏ ਤਾਂ ਇੱਥੇ ਜਿਹੜੇ ਨੇ ਉਹਨਾਂ ਦੇ ਹਾਲਾਤ ਥੋੜੇ ਜਿਹੜੇ ਨੇ ਉੱਟਲੇ ਜਿਹੇ ਨੇ ਤੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਕਿਸਾਨਾਂ ਖਿਲਾਫ ਜਿਹੜੇ ਨੇ ਉਹ ਵਾਰੰਟ ਜਾਰੀ ਜਿਹੜੇ ਨੇ ਛੇਤੀ ਹੋਣਗੇ ਤੇ ਇਦਾਂ ਦਾ ਜਿਹੜਾ ਆ ਹਰਪਾਲ ਚੀਮਾ ਨੇ ਜਿਹੜਾ ਆ ਬਿਆਨ ਦਿੱਤਾ ਆ ਤੇ ਲੰਬੇ ਸਮੇਂ ਤੋਂ ਜਿਹੜਾ ਕਰਜ਼ਾ ਕਿਸਾਨ ਨਹੀਂ ਮੋੜਦੇ ਸੀਗੇ ਤੇ ਉਹਨਾਂ ਕਿਸਾਨਾਂ ਦੀ ਜਿਹੜੀ ਗਿਣਤੀ 2000 ਨੂੰ ਜਿਹੜਾ ਆ ਡਫਾਲਟਰ ਐਲਾਨ ਕਰਕੇ ਜਿਹੜਾ ਆ ਉਹਨਾਂ ਦੇ ਖਿਲਾਫ ਜਿਹੜੇ ਨੇ ਵਾਰੰਟ ਜਾਰੀ ਕੀਤੇ ਨੇ ਗ੍ਰਫਤਾਰ ਕਰਨ ਦੇ ਵਾਰੰਟ ਵੀ ਜਾਰੀ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਇਹਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਇਹ ਉਹੀ ਕਿਸਾਨ ਨੇ ਜਾਂ ਉਹੀ ਲੋਕ ਨੇ ਜੇ ਅਸੀਂ ਇਹਨਾਂ ਨੂੰ ਕਿਸਾਨ ਨਹੀਂ ਮੰਨਦੇ ਤਾਂ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਲੋਕਤੰਤਰ ਬਣ ਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਆ ਵੱਡਾ ਫਤਵਾ ਜਿਹੜਾ ਆ ਆਮ ਆਦਮੀ ਪਾਰਟੀ ਦੇ ਜਿਹੜਾ ਆ ਝੋਲੀ ਪਾਇਆ ਸੀ ਤੇ ਉਹੀ ਕਿਸਾਨ ਨੇ ਜਿਨ੍ਹਾਂ ਦੇ ਖਿਲਾਫ ਜਿਹੜਾ ਆ ਇਹ ਜਿਹੜੇ ਵਾਰੰਟ ਜਾਰੀ ਕੀਤੇ ਗਏ ਨੇ ਤੇ ਉਹਨਾਂ ਦੀ ਜਿਹੜੀ ਆ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਸੇ ਕਰਕੇ ਜਿਹੜਾ ਕਿਸਾਨਾਂ ਦੇ ਵਿੱਚ ਜਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਰੋਸ ਹੈ ਤੇ ਉਹਨਾਂ ਨੇ ਜਿਹੜਾ ਆ ਇੱਕ ਸਿੱਧਾ ਸੀਐਮ ਨੂੰ ਚੈਲੰਜ ਵੀ ਕੀਤਾ ਆ ਕਿ ਜੇ ਕਿਸਾਨਾਂ ਦੀ ਜਿਹੜੀ ਆ ਗ੍ਰਿਫਤਾਰੀ ਜਿਹੜੀ ਆ ਕੀਤੀ ਜਾਏਗੀ ਤਾ ਜਿਹੜਾ ਆ ਫਿਰ ਉਸ ਤੋਂ ਬਾਅਦ ਜੋ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਆ ਆਪਸੀ ਜਿਹੜਾ ਆ ਗੱਲਬਾਤ ਕਰਕੇ ਜੋ ਕਾਰਜ ਅੰਬਿਆ ਜਾਏਗਾ ਤੇ ਉਸਦੇ ਜ਼ਿੰਮੇਵਾਰ ਜਿਹੜੇ ਨੇ ਉਹ ਸੀਐਮ ਜਿਹੜੇ ਭਗਵੰਤ ਮਾਨ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਹੋਣਗੇ ਜੀ ਤੇ ਇਸ ਦੇ ਅੱਗੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ੇ ਤੋਂ ਬਾਹਰ ਕੱਢਣ ਲਈ ਸਰਕਾਰ ਛੇਤੀ ਹੀ ਨਵੀਂ ਪਾਲਿਸੀ ਲਿਆ ਰਹੀ ਹੈ ਤੇ ਇਸ ਪਾਲਿਸੀ ਉੱਤੇ ਖੁਦ ਮੁੱਖ ਮੰਤਰੀ ਕੰਮ ਕਰ ਰਹੇ ਹਨ ਉਹਨਾਂ ਇਹ ਵੀ ਆਖਿਆ ਕਿ ਕਿਸੇ ਵੀ ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਵੇਗੀ ਅਤੇ ਜਿੰਨਾ ਕਿਸਾਨਾਂ ਦੇ ਖਿਲਾਫ ਜਾਰੀ ਵਰੰਟਾ ਨੂੰ ਛੇਤੀ ਹੀ ਰੱਦ ਕੀਤਾ ਜਾਵੇਗਾ ਜਦੋਂ ਹਰਪਾਲ ਟੀਮਾ ਤੋਂ ਕਿਸਾਨਾਂ ਦੇ ਕਰਜ਼ਾ ਮੁਆਫੀ ਬਾਰੇ ਸਵਾਲ ਪੁੱਛੇਗੇ ਤਾਂ ਉਹਨਾਂ ਨੇ ਕਿਹਾ ਕਿ ਕਰਜ਼ਾ ਮੁਆਫੀ ਦਾ ਵਾਅਦਾ ਕਾਂਗਰਸ ਨੇ ਵੀ ਕੀਤਾ ਸੀ ਪਰ ਕਿਸਾਨਾਂ ਦਾ ਜੋ ਕਰਜ਼ਾ ਹੈ ਉਹ ਮਾਫ ਨਹੀਂ ਕੀਤਾ ਗਿਆ ਸੀ ਸਗੋਂ ਜਾਣਦਿਆਂ ਹੋਈ ਵੀ ਕਿਸਾਨਾਂ ਖਿਲਾਫ ਵਰੰਟ ਕੱਢ ਕੇ ਗਈ ਹੈ ਤੇ ਟੀਮਾ ਨੇ ਕਿਹਾ ਕਿ ਇਹਨਾਂ ਵਰੰਟ ਨੂੰ ਛੇਤੀ ਹੀ ਜੋਇਆ ਰੱਦ ਕਰ ਦਿੱਤਾ ਜਾਵੇਗਾ ਜੀ ਬਿਲਕੁਲ ਜੀ ਯੂਪੀ ਚ ਐਮਐਸਪੀ ਤੋਂ ਵਾਧ ਰੇਟ ਤੇ ਖਰੀਦੀ ਜਾ ਰਹੀ ਹੈ ਕਣਕ ਸਰਕਾਰੀ ਖਰੀਦ ਕਣਕ ਤੇ ਕੇਂਦਰਾਂ ਚ ਜਿਹੜਾ ਆ ਉਹ ਬਿਲਕੁਲ ਸ਼ਾਂਤੀ ਸਾ ਜਿਹੜੀ ਆ ਛਾ ਗਈ ਹੈ ਸਨਾਟਾ ਜਿਹੜਾ ਆ ਉਹ ਛਾ ਗਿਆ ਰੂਸ ਯੂਕਰੇਨ ਦੀ ਜੰਗ ਦਾ ਉੱਤਰ ਪ੍ਰਦੇਸ਼ ਵਿੱਚ ਅਸਰ ਜਿਹੜਾ ਆ ਉਹ ਸਾਫ਼-ਸਾਫ਼ ਦਿਖ ਰਿਹਾ ਹੈ ਇੱਥੇ ਕਣਕ ਕਟੋ ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਮੁੱਲ ਤੋਂ ਵਾਧੇ ਰੇਟ ਜਿਹੜੀ ਆ ਵਿਕਣ ਕਾਰਨ ਕਿਸਾਨ ਬਾਗੋ ਬਾਘ ਹੋ ਰਹੇ ਨੇ ਕੋ ਮੰਤਰੀ ਮੰਡੀ ਵਿੱਚ ਕਣਕ ਦੀ ਜਿਹੜੀ ਆ ਬਰਾਮੇ ਦੀ ਜਿਹੜੀ ਆ ਦੀ ਮੰਗ ਜਿਹੜੀ ਆ ਉਹ ਵਪਾਰੀਆਂ ਤੋਂ ਜਿਹੜਾ ਕਿਸਾਨਾਂ ਤੋਂ ਚੰਗੇ ਭਾਅ ਉਤੇ ਕਣਕ ਦੀ ਫਸਲ ਜਿਹੜੇ ਨੇ ਉਹ ਖਰੀਦਨੇ ਨੇ ਹਾਲਾਤ ਇਹ ਆ ਕਿ ਸਰਕਾਰ ਮੰਡੀਆਂ ਵਿੱਚ ਜਿਹੜਾ ਸੌਰੀ ਸਰਕਾਰੀ ਮੰਡੀਆਂ ਵਿੱਚ ਜਿਹੜਾ ਆ ਉਹ ਸਨਾਟਾ ਜਿਹੜਾ ਆ ਜਿਹੜਾ ਆ ਉਹ ਛਾਂਣ ਲੱਗ ਪਿਆ ਤੇ ਦੂਸਰੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਕੁਝ ਅਜਿਹੀਆਂ ਮੰਡੀਆਂ ਨੇ ਜਿਸ ਦੇ ਉੱਤੇ ਆ ਇੱਕ ਪਾਸੇ ਜਿਹੜੀ ਆ ਐਫਸੀਆਈ ਜਿਹੜੀ ਆ ਉਹ ਖਰੀਦ ਕਰ ਰਹੀ ਆ ਤੇ ਐਫਸੀਆਈ ਨੇ ਵੀ ਜਿਹੜੇ ਨੇ ਅੱਗੇ ਦੋ ਹੋਰ ਪ੍ਰਾਈਵੇਟ ਜੜੀਆਂ ਨੇ ਏਜੰਸੀਆਂ ਨੂੰ ਜਿਹੜਾ ਆ ਦੇ ਦਿੱਤਾ ਆ ਜਾਂ ਇੱਕ ਪਾਸੇ ਜਿਹੜੀ ਐਫਸੀਆਈ ਆ ਉਹ ਖਰੀਦ ਕਰ ਰਹੀ ਆ ਦੂਜੇ ਪਾਸੇ ਪ੍ਰਾਈਵੇਟ ਕਰ ਰਹੀ ਆ ਪ੍ਰਾਈਵੇਟ ਇਹ ਜਿਹੜੀ ਦੋਸ਼ ਰਹੀ ਆ ਕਿ ਜਿਹੜਾ 6% ਤੱਕ ਜਿਹੜਾ ਆ ਸਾਨੂੰ ਜਿਹੜਾ ਆ ਆਦੇਸ਼ ਆ ਕਿ 6% ਤੱਕ ਜਿਹੜੀ ਆ ਕਣਕ ਦੀ ਹਾਲਾਤ ਹੋਏਗੀ ਉਹ ਉਸ ਤੋਂ ਜਿਹੜਾ ਆ ਜਿਹੜਾ ਆ ਅਸੀਂ ਉਸ ਤੋਂ ਦੇਖ ਕੇ ਜਿਹੜਾ ਆ ਅਸੀਂ ਲਾਵਾਂਗੇ ਜਿਹੜਾ ਕਣਕ ਚੱਕਾਂਗੇ ਪਰ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਬਹੁਤ ਘੱਟ ਹੈ ਇਸ ਦੇ ਨਾਲ ਜਿਹੜਾ ਸਾਨੂੰ ਨੁਕਸਾਨ ਚਲਣਾ ਪਿਆ ਹੈ ਕਿਉਂਕਿ ਜਿਹੜੀ ਆ ਲਗਾਤਾਰ ਧੁੱਪ ਜ਼ਿਆਦਾ ਵਧਣ ਕਰਕੇ ਜਿਹੜਾ ਆ ਦਾਣਾ ਉਹ ਵੀ ਨਿੱਕਾ ਪੈ ਗਿਆ ਤੇ ਝਾੜ ਵੀ ਘਟਿਆ ਆ ਸੋ ਇਸ ਕਰਕੇ ਜਿਹੜਾ ਆ ਕੁਝ ਕ ਮੰਡੀਆਂ ਦੇ ਵਿੱਚ ਹੁਣ ਪਿੱਛੇ ਜੇ ਗੱਲ ਰੁਹੀ ਜੀ ਉੱਡੀ ਸੀਗੀ ਕਿ ਜਿਹੜਾ ਆ ਹੁਣ ਜਿਹੜਾ ਆ ਅਡਾਨੀ ਦੇ ਸਾਈਲੋ ਦੇ ਵਿੱਚ ਜਿਹੜਾ ਆ ਵੀ ਉਹ ਜਿਹੜਾ ਕਿਸਾਨ ਨੇ ਆਪਣੀ ਕਣਕ ਨੂੰ ਲੈ ਕੇ ਜਾ ਰਹੇ ਨੇ ਤੇ ਉਹਦੇ ਪਿੱਛੇ ਵੀ ਜਿਹੜੀ ਆ ਅਸੀਂ ਗੱਲਬਾਤ ਉਹਦੀ ਕੋਖ ਕੀਤੀ ਆ ਕਿ ਅਸਲ ਦੇ ਵਿੱਚ ਕੀ ਸੀਗਾ ਪਿਛਲੇ ਕਾਫੀ ਜੇ ਅਸੀਂ 10 ਸਾਲ ਪਹਿਲਾਂ ਦੀ ਗੱਲ ਕਰੀਏ 10 ਸਾਲ ਪਹਿਲਾਂ ਜਿਹੜਾ ਆ ਅਕਾਲੀ ਦਲ ਬਾਦਲ ਦੀ ਸਰਕਾਰ ਸੀਗੀ ਉਦੋਂ ਜਿਹੜਾ ਆ ਇਹ ਸਾਈਲੋ ਜਿਹੜਾ ਆ ਦਾ ਆਰੰਭ ਕੀਤਾ ਗਿਆ ਸੀਗਾ ਤੇ ਉਦੋਂ ਉਹਦੀ ਸਰਕਾਰ ਸੀਗੀ ਪਰ ਉਦੋਂ ਜਿਹੜਾ ਆ ਉਸ ਨੂੰ ਚੰਗੀ ਤਰ੍ਹਾਂ ਜਿਹੜੀ ਆ ਮਨਜ਼ੂਰੀ ਨਹੀਂ ਦਿੱਤੀ ਗਈ ਉਹ ਹੌਲੀ-ਹੌਲੀ ਜਿਹੜਾ ਆ ਹੋ ਨ ਦੇ ਵਿੱਚ ਆਇਆ ਤੇ ਉਹ ਸਾਈਲੋ ਦੇ ਵਿੱਚ ਵੀ ਜਿਹੜਾ ਆ ਲਗਾਤਾਰ ਜਿਹੜਾ ਆ ਉਹ ਐਫ ਸੀ ਆਈ ਹੀ ਖਰੀਦ ਕਰ ਰਹੀ ਆ ਤੇ ਉਥੇ ਇਹ ਕਿਹਾ ਜਾ ਰਿਹਾ ਕਿ ਕਿਸਾਨ ਜਿਹੜੇ ਨੇ ਆਪਣੀਆਂ ਜ਼ਮੀਰਾਂ ਮਾਰ ਕੇ ਜਿਹੜਾ ਆ ਉਹ ਸਾਈਲੋ ਦੇ ਵਿੱਚ ਜਾ ਕੇ ਜਿਹੜਾ ਆਪਣੀ ਕਣਕ ਸੁੱਟ ਰਹੇ ਨੇ ਜਾਂ ਉਥੇ ਜਾ ਕੇ ਛੇਤੀ ਖਰੀਦ ਹੋ ਜਾਂਦੀ ਆ ਜਾਂ ਇਸ ਤਰ੍ਹਾਂ ਦੀ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਗੱਲ ਹੈ ਸਭ ਤੋਂ ਜਿਹੜੀ ਆ ਇੱਕ ਗੱਲ ਸਾਨੂੰ ਜਿਹੜੀ ਆ ਜਾਣਨ ਦੀ ਲੋੜ ਹੈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਤੇ ਵੀ ਜਿਹੜਾ ਆ ਛੱਡ ਨਹੀਂ ਪਿਆ ਹੋਇਆ ਜੇ ਕੋਈ ਨੇਰੀ ਆਉਂਦੀ ਆ ਜਾਂ ਤੂਫਾਨ ਆਂਦਾ ਆ ਜਾਂ ਕੋਈ ਚੱਖਣ ਆਂਦਾ ਜਾਂ ਮੀਂਹ ਪੈਂਦਾ ਆ ਤਾਂ ਉਹਦੇ ਵਿੱਚ ਜਿਹੜਾ ਆ ਕਿਸਾਨਾਂ ਦੀ ਕਣਕ ਨੂੰ ਜਿਹੜਾ ਆ ਸਿੱਧਾ ਖਤਰਾ ਹੁੰਦਾ ਆ ਇਸ ਕਰਕੇ ਜਿਹੜਾ ਆ ਸਾਈਲੋ ਦੇ ਵਿੱਚ ਸ਼ੈੱਡ ਲੱਗੇ ਹੋਏ ਨੇ ਉੱਥੇ ਸਾਮ ਸੰਭਾਲ ਦੀ ਜਿਹੜੀ ਆ ਕਾਫੀ ਜਿਹੜਾ ਆ ਉਹਦੇ ਉੱਥੇ ਜਿਹੜੇ ਨੇ ਆਪਸ਼ਨ ਏ ਵੀ ਤੁਸੀਂ ਜਿਹੜਾ ਆ ਜਿਹੜਾ ਆ ਆਪਣੇ ਕਣਕ ਸੁਟੋ ਤੇ ਸੁਟਕੇ ਜਿਹੜਾ ਆ ਉਹਦੀ ਪੇਮੈਂਟ ਲੈ ਕੇ ਤੁਸੀਂ ਜਿਹੜੀ ਆ ਵਾਪਸ ਮੰਡੀਆਂ ਦੇ ਵਿੱਚ ਪਹਿਲਾਂ ਜਿਹੜਾ ਆ ਪਰਚੀ ਕੱਟੀ ਜਾਏਗੀ ਫਿਰ ਤੁਹਾਡੀ ਤਲਾਈ ਹੋਏਗੀ ਫਿਰ ਤੁਹਾਡੇ ਜਿਹੜੇ ਆ ਵਾਰਤਾਨੇ ਵਿੱਚ ਪਏਗਾ ਫਿਰ ਕਿਤੇ ਜਾ ਕੇ ਜਿਹੜਾ ਆ ਉਹਦੀ ਪੇਮੈਂਟ ਦਾ ਜਿਹੜਾ ਆ ਤੁਹਾਨੂੰ ਆਏਗਾ ਤੇ ਕਈ ਮੰਡਿਆਂ ਦੇ ਵਿੱਚ ਜਿਹੜੀ ਇਦਾਂ ਦੀ ਹਾਲਤ ਹੈ ਉੱਥੇ ਨਾ ਤਾਂ ਸਹੀ ਤਰ੍ਹਾਂ ਵਾਰਦਾਨਾ ਪਹੁੰਚਿਆ ਤੇ ਨਾ ਹੀ ਸਹੀ ਤਰ੍ਹਾਂ ਜਿਹੜਾ ਆ ਉੱਥੇ ਤਲਾਈ ਹੋਈ ਆ ਤੇ ਕਈ ਰੁਹੀ ਜੀ ਮੈਂ ਤੁਹਾਨੂੰ ਦੱਸਾਂ ਇੱਧਰ ਫਰੀਦਕੋਟ ਫਿਰੋਜ਼ਪੁਰ ਜਲਾਲਾਬਾਦ ਵਾਲੀ ਸਾਈਡ ਕਈ ਕਈ ਜਬੋਰੀਆਂ ਦੇ ਵਿੱਚੋਂ ਜਿਹੜਾ ਪੌਣਾ ਪੌਣਾ ਕਿਲੋ ਜਿਹੜੀ ਆ ਕਣਕ ਉਹ ਘੱਟ ਜਿਹੜੀ ਆ ਓਹੋ ਪਾਈ ਗਈ ਹੈ ਤੇ ਜਦੋਂ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਜਿਹੜਾ ਆ ਕੁਝ ਕੁ ਜਿਹੜਾ ਲੋਕਾਂ ਨੇ ਕੁਝ ਕੁ ਬੋਰੀਆਂ ਦੇ ਵਿੱਚ ਜਿਹੜਾ ਆ ਵੱਧ ਕਣਕ ਪਾ ਕੇ ਉਹਨਾਂ ਨੂੰ ਤਲਾ ਕੇ ਦਿਖਾ ਦਿੱਤੀ ਵੀ ਜਿਹੜਾ ਆ ਇੱਕ ਬੋਰੀਆਂ ਦੇ ਵਿੱਚ ਜਿਹੜੀ ਆ ਘਟਕ ਪੌਣਾ ਪੌਣਾ ਕਿਲੋ ਜਿਹੜੀ ਘਟ ਕਣਕ ਹੈ ਵੀ ਉਹ ਤੋਲੀ ਜਾਂਦੀ ਆ ਤਾਂ ਕਈਆਂ ਦੇ ਵਿੱਚ ਜਿਹੜੀ ਵੱਧ ਵੀ ਆ ਤੇ ਇਸੇ ਤਰ੍ਹਾਂ ਜਿਹੜਾ ਆ ਉਹ ਤਲਾਈ ਸਹੀ ਨਹੀਂ ਜਿਹੜੀ ਆ ਹੋਈ ਇਸੇ ਤਰ੍ਹਾਂ ਦੀ ਵੀ ਜਿਹੜੀ ਆ ਪ੍ਰੋਬਲਮ ਜਿਹੜੀ ਆ ਸਾਹਮਣੇ ਆ ਰਹੀ ਆ ਤੋ ਦੂਸਰੀ ਗੱਲ ਕਰ ਰਿਹਾ ਸੀ ਮੈਂ ਸ਼ੈੱਡ ਦੀ ਤੇ ਹਰ ਇੱਕ ਪਾਸੇ ਜਿਹੜਾ ਆ ਸ਼ੈੱਡ ਨਹੀਂ ਲੱਗਿਆ ਹਰ ਇੱਕ ਮੰਡੀਆਂ ਦੇ ਵਿੱਚ ਸ਼ੈੱਡ ਜਿਹੜਾ ਹੋਣਾ ਜ਼ਰੂਰੀ ਹੈ ਤਾਂ ਕਿ ਜਿਹੜਾ ਆ ਘਟੋ ਘਟ ਮੀਂਹ ਦੇ ਨਾਲ ਜਿਹੜਾ ਆ ਕਣਕ ਖਰਾਬ ਹੁੰਦੀ ਹੈ ਕਿਉਂਕਿ ਲਾਜ਼ਮੀ ਆ ਕਿ ਇਹ ਜਿਨ੍ਹਾਂ ਦੇ ਵਿੱਚ ਜਿਹੜਾ ਆ ਉਹ ਮੀਂਹ ਪੈਣਾ ਹੀ ਹੁੰਦਾ ਆ ਕਿਉਂਕਿ ਇੱਕ ਤਾਂ ਧੁੱਪ ਜ਼ਿਆਦਾ ਹੋ ਜਾਂਦੀ ਆ ਤੇ ਮੌਸਮ ਵੀ ਜਿਹੜਾ ਉਸ ਤਰ੍ਹਾਂ ਦਾ ਹੋ ਜਾਂਦਾ ਆ ਇਹ ਚਾਹੇ ਉਹ ਕਣਕ ਲੱਗੀ ਦੇ ਉੱਤੇ ਜਿਹੜਾ ਆ ਮੀਂਹ ਆ ਜਾਵੇ ਚਾਹੇ ਉਹ ਕਟਾਈ ਦੇ ਵਿੱਚ ਆ ਗਏ ਹੁਣ ਇਹ ਤਾਂ ਕੁਦਰਤੀ ਆ ਅਸੀਂ ਕੁਦਰਤ ਨੂੰ ਜਿਹੜਾ ਆ ਰੋਕ ਨਹੀਂ ਸਕਦੇ ਤਾਂ ਹਾਂ ਇਹ ਸਕਦਾ ਹੈ ਕਿ ਅਸੀਂ ਜਿਹੜਾ ਪੁਖਤਾ ਪ੍ਰਬੰਧ ਜ਼ਰੂਰ ਕਰ ਸਕਦੇ ਹਾਂ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ ਆ ਮੰਡੀਆਂ ਦੇ ਵਿੱਚ ਜਿਹੜਾ ਆ ਸ਼ੈੱਡ ਸਿਸਟਮ ਵੀ ਜਿਹੜਾ ਆ ਹੋਣਾ ਚਾਹੀਦਾ ਹੈ ਤਾਂ ਕਿ ਜਿਹੜਾ ਆ ਇਹ ਨੁਕਸਾਨ ਤੋਂ ਜਿਹੜਾ ਆ ਉਹ ਬਚ ਸਕੇ ਤੇ ਉੱਥੇ ਜਿਹੜਾ ਸ਼ੈੱਡ ਸਿਸਟਮ ਹੈਗਾ ਆ ਇਸੇ ਕਰਕੇ ਜਿਹੜਾ ਉੱਥੇ ਵੀ ਜਿਹੜੀ ਐ ਐਫਸੀਆਈ ਹੀ ਖਰੀਦ ਕਰ ਰਹੀ ਸੀਗੀ ਤੇ ਜਿਹਦੇ ਕਰਕੇ ਜਿਹੜਾ ਆ ਕਿਸਾਨਾਂ ਨੇ ਜਿਹੜਾ ਆ ਆਪਣੇ ਜਿਹੜੀਆਂ ਟਰੈਕਟਰਾਂ ਦੇ ਮੂੰਹ ਜਿਹੜਾ ਆ ਸਾਈਲੋ ਉਹਦੇ ਵੱਲ ਜਿਹੜਾ ਆ ਕਰਨੇ ਸੀਗੇ ਤੇ ਉੱਥੇ ਜਿਹੜੀ ਆ ਕਣਕ ਨੂੰ ਲਗਾਤਾਰ ਜਿਹੜੀ ਆ ਖਰੀਦੀ ਜਾ ਰਹੀ ਸੀ ਉੱਤੇ ਪੁਕਤਾ ਸਬੰਧ ਜਿਹੜੇ ਨੇ ਪ੍ਰਬੰਧ ਵੀ ਸੀਗੇ ਜੀ ਤੇ ਅੱਗੇ ਗੱਲ ਕਰੀਏ ਕਿ ਕੇਂਦਰ ਸਰਕਾਰ ਦੇ ਕਣਕ ਦੀ ਬਰਾਮਦ ਦੇ ਫੈਸਲੇ ਕਾਰਨ ਸ਼ਾਜਾਹਾਂਪੁਰ ਵਿੱਚ ਕਣਕ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਕਣਕ ਦੀ ਬਰਾਮਦਗੀ ਦੀ ਖਬਰ ਸੁਣਦੇ ਸਾਰ ਹੀ ਨਿੱਜੀ ਕੰਪਨੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਦੀ ਖਰੀਦ ਕਰ ਰਹੀਆਂ ਹਨ ਤੇ ਉੱਥੇ ਹੀ ਦੂਜੇ ਪਾਸੇ ਆਟਾ ਮਿਲਾ ਵਿੱਚ ਕਿਸਾਨਾਂ ਦੀ ਪੀੜ ਲੱਗੀ ਹੋਈ ਹੈ ਅਜਿਹੇ ਵੀ ਜਿੱਤੇ ਕਿ ਸਾਰਾ ਨੂੰ ਕਟੋਕਾਰ ਸਮਰਥਨ ਮੂਲ ਤੋਂ ਵੱਧ ਰੇਟ ਮਿਲਣ ਕਾਰਨ ਕਿਸਾਨ ਖੁਸ਼ ਨਜ਼ਰ ਆ ਰਹੇ ਨੇ ਉੱਥੇ ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਦੇ ਖੂਨ ਪਸੀਨੇ ਦੀ ਕਮਾਈ ਤੋਂ ਮੋਟੀ ਕਮਾਈ ਕਰਨ ਦੇ ਜੁਗਾਰ ਵਿੱਚ ਲੱਗੀਆਂ ਹੋਈਆਂ ਹਨ ਜੀ ਪ੍ਰਾਈਵੇਟ ਕੰਪਨੀਆਂ ਵੱਲੋਂ ਕਣਕ ਦੀ ਖਰੀਦ ਕੀਤੇ ਜਾਣ ਕਾਰਨ ਸਰਕਾਰੀ ਕਣਕ ਖਰੀਦ ਕੇਂਦਰਾਂ ਵਿੱਚ ਸਨਾਟਾ ਛਾਇਆ ਹੋਇਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਅਪ੍ਰੈਲ ਮਹੀਨੇ ਵਿੱਚ ਸਿਰਫ ਜਿਹੜੇ ਆ 3240 ਮੀਟਰਕ ਟਨ ਜਿਹੜੀ ਆ ਇਹ ਖਰੀਦ ਹੋਈ ਆ ਸ਼ਾਹਜਹਾਂ ਦੀਆਂ ਮੰਡੀਆਂ ਸੂਬੇ ਭਾਰਤ ਚ ਜਿਹੜੀਆਂ ਕਣਕ ਦੀ ਖਰੀਦ ਕਰਨ ਲਈ ਹਮੇਸ਼ਾ ਖੜੀਆਂ ਰਹਿੰਦੀਆਂ ਹਨ ਸਰਕਾਰੀ ਖਰੀਦ ਕੇਂਦਰ ਹਮੇਸ਼ਾ ਹੀ ਕਿਸਾਨਾਂ ਨੂੰ ਮੁਨਾਫਾ ਦਿੰਦੇ ਰਹੇ ਨੇ ਪਰ ਇਸ ਵਾਰ ਪ੍ਰਾਈਵੇਟ ਕੰਪਨੀਆਂ ਨੇ ਕਿਸਾਨਾਂ ਨੂੰ ਸਰਕਾਰੀ ਡੇਟ ਤੋਂ ਜਿਹੜਾ ਵਧ ਰੇਟ ਜਿਹੜੀਆਂ ਨੇ ਉਧੇਰੀਆਂ ਨੇ ਦੂਜੇ ਪਾਸੇ ਕਿਸਾਨ ਆਪਣੀ ਕਣਕ ਰੋਜ਼ਾਨਾ ਜਿਹੜਾ ਆ ਇੱਕ ਜਿਹੜਾ ਆ 2130 ਰੁਪਏ ਜਿਹੜੀਆਂ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਟਾ ਮੇਲਾ ਵਿੱਚ ਵਿਚਰੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਜੈਨਸਿਟੀ ਕੀਮਤ ਇਸੇ ਤਰ੍ਹਾਂ ਜਿਹੜੀ ਆ ਵਧਦੀ ਰਹੀ ਤਾਂ ਨਾ ਤਾਂ ਸਿਰਫ ਉਹਨਾਂ ਨੂੰ ਦੀ ਜਿਹੜੀ ਲਾਗਤ ਮੁੱਲਾ ਹੈ ਜਾਂ ਜਿਹੜੇ ਵੱਧ ਪੈਸੇ ਨੇ ਮਿਲ ਕੇ ਜਿਹੜਾ ਮੁਨਾਫਾ ਹੋਵੇਗਾ ਸਗੋਂ ਇਹ ਧੰਦਾ ਜਿਹੜਾ ਹੋਰ ਵੀ ਵਧਣ ਲੱਗੇਗਾ ਤੇ ਦੂਸਰੇ ਪਾਸੇ ਜਿਨ੍ਹਾਂ ਕੋਲ ਰੁਹੀਜੀ ਘਟ ਜ਼ਮੀਨ ਹੈ ਉਹਨਾਂ ਦੇ ਘਟ ਝਾੜ ਨਿਕਲੇ ਨੇ ਤੇ ਇੱਕ ਤਾਂ ਕਾਫੀ ਜਿਹੜਾ ਪੈਸਟੀਸਾਈਜ਼ਰ ਤੇ ਉੱਤੇ ਵੀ ਜਿਹੜਾ ਖਰਚਾ ਆ ਜਾਂਦਾ ਆ ਤੇ ਦੂਸਰੇ ਪਾਸੇ ਜਿਹੜਾ ਝਾੜ ਘਟ ਨਿਕਲਿਆ ਆ ਇਸ ਕਰਕੇ ਵੀ ਜਿਹੜਾ ਆ ਹਲੇ ਵੀ ਜਿਹੜਾ ਕਿਸਾਨਾਂ ਦੀਆਂ ਖੁਦ ਖੁਸ਼ੀਆਂ ਦਾ ਜਿਹੜਾ ਆ ਦੌਰ ਜਿਹੜਾ ਆ ਉਹ ਜਿਹੜਾ ਆ ਉਹ ਖਤਮ ਨਹੀਂ ਹੋਇਆ ਬੰਦ ਨਹੀਂ ਹੋਇਆ ਜੀ ਤੇ ਜੇ ਅਸੀਂ ਦੇਖਿਆ ਜਾਵੇ ਕੇ ਸਰਕਾਰ ਨੂੰ ਵੀ ਚਾਹੀਦਾ ਆ ਕਿ ਇਸ ਉੱਤੇ ਜਿਹੜਾ ਆ ਕੋਈ ਵਧੀਆ ਯੋਜਨਾ ਲੈ ਕੇ ਆਉਣ ਜਾਂ ਇਸ ਉੱਤੇ ਜਿਹੜਾ ਵਧੀਆ ਤਰੀਕੇ ਨਾਲ ਜਿਹੜਾ ਕੰਮ ਕੀਤਾ ਜਾਵੇ ਘਟੋ ਘਾਟ ਜਿਹੜੀ ਉਹਨਾਂ ਦੀ ਲਾਗਤ ਜਿਹੜੀ ਆ ਉਸ ਨੂੰ ਜਿਹੜਾ ਆ ਪੂਰੀ ਤਰ੍ਹਾਂ ਮਿਲਣਾ ਚਾਹੀਦਾ ਆ ਤਾਂ ਕਿ ਜਿਹੜਾ ਪੈਸਟੀਸਾਈਜ਼ ਜਿਹੜੀਆਂ ਦਵਾਈਆਂ ਦਾ ਜਿਹੜਾ ਆ ਖਰਚਾ ਆ ਉਸ ਨੂੰ ਵੀ ਜਿਹੜਾ ਆ ਉਸ ਦੇ ਉੱਤੇ ਰੇਟ ਜਿਹੜਾ ਆ ਉਹ ਸਹੀ ਹੋਣਾ ਚਾਹੀਦਾ ਆ ਕਿਉਂਕਿ ਕਈ ਦਵਾਈਆਂ ਦੇ ਉੱਤੇ ਕਾਫੀ ਰੇਟ ਮਹਿੰਗਾ ਲਿਖਿਆ ਹੁੰਦਾ ਆ ਕਾਫੀ ਮਹਿੰਗੀਆਂ ਮਹਿੰਗੀਆਂ ਦਵਾਈਆਂ ਨੇ ਤੇ ਹਾਰ ਕੇ ਜਿਹੜਾ ਆ ਕਿਸਾਨ ਨੂੰ ਉਹਨਾਂ ਦਵਾਈਆਂ ਨੂੰ ਜਿਹੜਾ ਖਰੀਦ ਕੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਪਾਉਣਾ ਪੈਂਦਾ ਆ ਸੋ ਇਸ ਕਰਕੇ ਇਸ ਉੱਤੇ ਵੀ ਥੋੜੀ ਜੀ ਜਿਹੜੀ ਆ ਨਜ਼ਰ ਮਾਰਨੀ ਚਾਹੀਦੀ ਆ ਇਹ ਨਹੀਂ ਆ ਕਿ ਅਸੀਂ ਜਜ਼ਬਾਤੀ ਹੋ ਕੇ ਕਿਸਾਨਾਂ ਦੀ ਹਮਾਇਤ ਕਰ ਰਿਹਾ ਜਾਂ ਗੱਲ ਕਰ ਰਿਹਾ ਕਿਉਂਕਿ ਜਦੋਂ ਅਸੀਂ ਕਿਸੇ ਵੀ ਕਾਰੋਬਾਰ ਜੇ ਇੱਕ ਸੋਚੀਏ ਵੀ ਖੇਤੀ ਉਹਨਾਂ ਦਾ ਕਾਰੋਬਾਰ ਆ ਜੇ ਕਾਰੋਬਾਰ ਦੇ ਵਿੱਚ ਮੁਨਾਫਾ ਨਾ ਮਿਲੇ ਤਾਂ ਇਹ ਲਾਜ਼ਮੀ ਹੋਊਗਾ ਕਿ ਜਿਹੜਾ ਆ ਜਾਤਾ ਉਹ ਖੁਸ਼ ਖੁਸ਼ੀ ਬਾਰੇ ਸੋਚੇਗਾ ਤੇ ਜਾ ਫਿਰ ਉਹ ਜਿਹੜਾ ਆ ਕਰਜ਼ੇ ਦੇ ਵਿੱਚ ਹੀ ਜਿਹੜਾ ਆ ਉਹ ਡੁੱਬਦਾ ਜਾਏਗਾ ਜੀ ਤੇ ਅਗਲਾ ਮੁੱਦਾ ਕਿ ਕੇਜਰੀਵਾਲ ਖੁਦ ਦਖਲ ਦੇ ਕੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਫੌਰੀ ਰਿਹਾਈ ਕਰਵਾਉਣੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਸ਼ੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ Arvind Kejriwal ਨੂੰ ਅਪੀਲ ਕੀਤੀ ਕਿ ਖੁਦ ਦਖਲ ਦੇ ਕੇ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਨੂੰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਦੀ ਛੇਤੀ ਰਿਹਾਈ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਵਿਸ਼ੇਸ਼ ਛੋੜ ਤੋਂ ਜਾਣੂ ਕਰਵਾ ਕੇ ਉਹਨਾਂ ਦੀ ਰਿਹਾਈ ਕਰਵਾਉਣ ਜੀ ਅਕਾਲੀ ਦਲ ਦੇ ਪ੍ਰਧਾਨ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਤੇ ਪੱਤਰ ਲਿਖ ਕੇ ਕਿਹਾ ਕਿ ਇਹ ਬਹੁਤ ਹੀ ਚਿੰਤਾ ਦਾ ਮਾਮਲਾ ਹੈ ਕਿ ਦਿੱਲੀ ਦੇ ਸਜ਼ਾ ਸਮੀਖਿਆ ਬੋਰਡ ਨੇ ਪ੍ਰੋਫੈਸਰ ਪੁੱਲਰ ਦੀ ਰਿਹਾਈ ਦੀ ਤਵਜੀਹ ਜਿਹੜੀ ਆ ਰੱਦ ਕਰ ਦਿੱਤੀ ਹੈ ਉਹਨਾਂ ਕਿਹਾ ਕਿ ਹਾਲ ਹੀ ਵਿੱਚ ਹੋਈ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਜਿਹੜਾ ਤੁਸੀਂ ਆਪ ਹੀ ਆਖਿਆ ਸੀਗਾ ਕਿ ਤੁਸੀਂ ਸਜਾ ਸਮੀਖਿਆ ਬੋਰਡ ਨੂੰ ਹਦਾਇਤ ਦਿੱਤੀ ਹੈ ਕਿ ਉਹ ਮੀਟਿੰਗ ਕਰੇ ਤੇ ਪ੍ਰੋਫੈਸਰ ਪੁੱਲਰ ਦੀ ਰਹਾਈ ਰੋਕਣ ਲਈ ਆਪਣੇ ਫੈਸਲੇ ਤੇ ਜਿਹੜਾ ਆ ਮਨ ਵਿਚਾਰ ਕਰੇ ਉਹਨਾਂ ਕਿਹਾ ਕਿ ਜਦੋਂ 3 ਮਾਰਚ ਨੂੰ ਮੀਟਿੰਗ ਹੋਈ ਤਾਂ ਇਸ ਦੇ ਬਿਲਕੁਲ ਉਲਟ ਇਸ ਨੇ ਤੁਹਾਡੇ ਵੱਲੋਂ ਕੀਤੇ ਜਿਹੜਾ ਆ ਵਾਅਦੇ ਤੇ ਸਵਾਲ ਖੜੇ ਕਰ ਦਿੱਤੇ ਸੁਖਬੀਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਪ੍ਰੋਫੈਸਰ ਪੁੱਲਰ ਦੀ ਰਿਹਾਈ ਨੂੰ ਜਿਹੜਾ ਆ ਸਜ਼ਾ ਸਮੀਖਿਆ ਬੋਰਡ ਵੱਲੋਂ ਵਾਰ-ਵਾਰ ਰੋਕਿਆ ਜਾ ਰਿਹਾ ਹੈ ਜਦੋਂ ਕਿ ਕੇਂਦਰ ਸਰਕਾਰ ਵੱਲੋਂ ਕੈਦ ਦੀ ਰਿਹਾਈ ਨੂੰ ਲੈ ਕੇ ਦਿੱਤੀ ਵਿਸ਼ੇਸ਼ ਛੋਟ ਦੇ ਹੁਕਮ ਰਾਜ ਸਰਕਾਰ ਲਈ ਮੰਨਣੇ ਜ਼ਰੂਰੀ ਹੁੰਦੇ ਨੇ ਉਹਨਾਂ ਨੇ ਮੁੱਖ ਮੰਤਰੀ ਦੇ ਸਮੁੱਚੇ ਸਿੱਖ ਜਗਤ ਤੇ ਪੰਜਾਬੀਆਂ ਵੱਲੋਂ ਇਹ ਤੱਥਾਂ ਦਾ ਨੋਟਿਸ ਲੈ ਲਿਆ ਕਿ ਮਾਮਲੇ ਵਿੱਚ ਖੁਦ ਨਿੱਜੀ ਦਖਲ ਦੇਣ ਦੀ ਅਪੀਲ ਕੀਤੀ ਤੇ ਕਿਹਾ ਕਿ ਇਹ ਤੱਥ ਸਹੀ ਤਰੀਕੇ ਨਾਲ ਸਜਾ ਸਿਮਿਕਿਆ ਬੋਰਡ ਅਗੇ ਜਿਹੜਾ ਆ ਉਹ ਰੱਖੇ ਜਾਣੇ ਚਾਹੀਦੇ ਨੇ ਜੀ ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਨੇ ਇਹ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਅਗਲਾ ਅਗਲੀ ਜੋ ਖਬਰ ਹੈ ਕਿ ਪੰਜਾਬ ਵਿੱਚ ਮਾਈਨਿੰਗ ਸਾਈਟਾਂ ਤੇ ਵੱਡੀ ਕਾਰਵਾਈ ਰੋਪੜ ਜ਼ਿਲ੍ਹੇ ਵਿੱਚ ਕਈ ਕ੍ਰਸ਼ਰ ਸੀਲ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਆ ਰੋਪੜ ਜ਼ਿਲ੍ਹੇ ਦੇ ਕਿਹੜਾ ਕਲਮੋਟ ਵਿਖੇ ਸਾਰੇ ਕ੍ਰਸ਼ਟਰਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਨੇ ਤੇ ਇਹ ਫੈਸਲਾ ਮਾਈਨਿੰਗ ਮੰਤਰੀ ਹਰਜੋਤ ਬੈਸ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਇਹ ਲਿੱਤਾ ਗਿਆ ਸੀ ਵੀਰਵਾਰ ਨੂੰ ਜਦੋਂ ਉਹਨਾਂ ਦੀ ਮੀਟਿੰਗ ਹੋਈ ਸੀ ਤੇ ਸਰਕਾਰੀ ਫੀਸ ਨਾ ਭਰਨ ਕਾਰਨ ਕ੍ਰਸ਼ਟਰਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਹਰਜੋਤ ਬੈਸ ਨੇ ਕਿਹਾ ਕਿ ਉਹ ਵਿਭਾਗ ਵਿੱਚ ਕਿਸੇ ਵੀ ਕਿਸਮ ਦਾ ਪ੍ਰਿਸ਼ਚਾਚਾਰ ਬਰਦਾਸ਼ਤ ਨਹੀਂ ਕਰਨਗੇ ਤੇ ਰੇਤਾ ਬਜਰੀ ਨੂੰ ਰਿਆਇਤੀ ਦਰਾਂ ਤੇ ਉਪਲਬਧ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਹਨ ਪੰਜਾਬ ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਇੱਕ ਮਹੀਨਾ ਪਹਿਲਾਂ ਰੇਤ ਦੀ ਇੱਕ ਜੋ ਟਰਾਲੀ ਹੈ ਉਸ ਦੀ ਕੀਮਤ 4000 ਰੁਪਏ ਸੀ ਹੁਣ 9000 ਰੁਪਏ ਹੋ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਰੇਤਾ ਬਜਰੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ ਜਿਸ ਕਾਰਨ ਉਸਾਰੀ ਦਾ ਕੰਮ ਠੱਪ ਹੋ ਗਿਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 6 ਮਹੀਨੇ ਅੰਦਰ ਸਰਕਾਰ ਦੀ ਨਵੀਂ ਨੀਤੀ ਜਾਰੀ ਕਰਨ ਦਾ ਐਲਾਨ ਕੀਤਾ ਹੈ ਜੀ ਬਿਲਕੁਲ ਜੀ ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਆਮ ਆਦਮੀ ਪਾਰਟੀ ਤੋਂ ਜਿਹੜੀਆਂ ਲਗਾਤਾਰ ਲੋਕਾਂ ਨੂੰ ਉਮੀਦਾਂ ਸੀਗੀਆਂ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਆ ਅਸੀਂ ਬੋਟ ਪਾਵਾਂਗੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਏਗੀ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਜਿਹੜਾ ਆ ਪੰਜਾਬ ਦੀ ਚੋਣ ਜਿੱਤਣ ਤੋਂ ਪਹਿਲਾਂ ਦਾਅਵੇ ਕੀਤੇ ਸੀਗੇ ਕਿ ਹਰਾ ਪੈਨ ਜਿਹੜਾ ਆ ਤੁਹਾਡੇ ਲਈ ਜਿਹੜਾ ਆ ਮੈਂ ਇਹ ਰੱਖਿਆ ਹੋਇਆ ਜਦੋਂ ਮੈਂ ਇਸ ਕੁਰਸੀ ਤੇ ਬੈਠੂੰਗਾ ਤੇ ਹਰਾ ਪੈਨ ਜਿਹੜਾ ਆ ਤੁਹਾਡੇ ਲਈ ਚੱਲੇਗਾ ਪਰ ਉਹ ਕਿੱਥੇ ਕਿੱਥੇ ਚੱਲ ਰਿਹਾ ਆ ਤੇ ਇਹਦਾ ਵੀ ਜਿਹੜਾ ਆ ਨਹੀਂ ਪਤਾ ਚੱਲਿਆ ਦੂਸਰੀ ਗੱਲ ਦਲਜੀਤ ਸੀਮਾ ਨੇ ਭਗਵੰਤ ਮਾਨ ਸੀਐਮ ਦੇ ਉੱਤੇ ਜਿਹੜਾ ਆ ਤੰਜ ਕੱਸਿਆ ਆ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਕਹਿੰਦੇ ਸੀਗੇ ਕਿ ਜੋ ਪੰਜਾਬ ਦੇ ਸਿਰ ਜਿਹੜਾ ਆ ਅ ਇਨਾ ਕਰਜ਼ਾ ਆ ਉਸ ਦੀ ਜਿਹੜੀ ਆ ਜਾਂਚ ਕਰਾਈ ਜਾਏਗੀ ਪਰ ਤੁਸੀਂ ਜਿਹੜਾ 5500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਲਿਆ ਆ ਉਸ ਕਰਜ਼ੇ ਦੀ ਜਿਹੜੀ ਆ ਵਜ੍ਹਾ ਤੁਸੀਂ ਸਾਨੂੰ ਹਾਲੇ ਤੱਕ ਜਿਹੜੀ ਆ ਉਹ ਨਹੀਂ ਦੱਸੀ ਜਾਂ ਉਸ ਜਿਹੜਾ ਕਰਜ਼ਾ ਲਿਆ ਆ ਉਸ ਕਰਜ਼ੇ ਦੀ ਕੀ ਵਜ੍ਹਾ ਸੀਗੀ ਜਾਂ ਕਿਉਂ ਲਿਆ ਆ ਉਹਦਾ ਕਿਤੇ ਵੀ ਜਿਹੜਾ ਆ ਨਾਮਕਰਨ ਨਹੀਂ ਕੀਤਾ ਗਿਆ ਤੇ ਇਸ ਦੇ ਬਾਰੇ ਤੁਸੀਂ ਦੱਸੋ ਕਿ ਤੁਸੀਂ ਪੁਰਾਣੀਆਂ ਸਰਕਾਰਾਂ ਦੇ ਉੱਤੇ ਸਿਰ ਜਿਹੜਾ ਆ ਇਲਜ਼ਾਮ ਲਾਉਂਦੇ ਸੀਗੇ ਕਿ ਜਿਹੜਾ ਆ ਕਰਜ਼ਾਈ ਕਰਕੇ ਗਏ ਨੇ ਤੇ ਤੁਸੀਂ 5500 ਕਰੋੜ ਰੁਪਏ ਕਿੱਥੇ ਜਿਹੜੇ ਵਰਤੇ ਨੇ ਤੇ ਬਾਅਦ 'ਚ ਉਹ ਜਿਹੜਾ ਆ ਪਰਚੋਲ ਕਰਨ ਤੇ ਪਤਾ ਲੱਗਿਆ ਕਿ ਜਿਹੜਾ ਆ ਉਹ ਤਨਖਾਹਾਂ ਵਗੈਰਾ ਦਿੱਤੀਆਂ ਗਈਆਂ ਨੇ ਜਾਂ ਹੋਰ ਜਿਹੜੇ ਇਸੇ ਤਰ੍ਹਾਂ ਦੇ ਜਿਹੜੇ ਨੇ ਆ ਜਿਹੜੇ ਕੀਤੇ ਗਏ ਨੇ ਕਾਰਜ ਉਹਨਾਂ ਦੇ ਵਿੱਚ ਜਿਹੜਾ ਆ ਇਸ ਦਾ ਜਿਹੜਾ ਆ ਆ ਭੁਗਤਾਨ ਜਿਹੜਾ ਆ ਕੀਤਾ ਗਿਆ ਆ ਪਰ ਰੋਹੀ ਜੀ ਸਵਾਲ ਇੱਥੇ ਇਹ ਵੀ ਉੱਠਦਾ ਹੈ ਕਿ ਜਿੱਥੇ ਪੰਜਾਬ ਪਹਿਲਾਂ ਹੀ ਇੰਨਾ ਕਰਜ਼ਾਈ ਆ ਉੱਥੇ ਜਿਹੜਾ ਆ ਇਹਨੇ ਘੱਟ ਸਮੇਂ ਦੇ ਵਿੱਚ ਜਿਹੜਾ ਆ ਦੁਬਾਰਾ ਕਰਜ਼ਾ ਲੈਣਾ ਆ ਜਿਹੜਾ ਆ ਉਹ ਪੰਜਾਬ ਦੇ ਸਿਰ ਜਿਹੜਾ ਆ ਉਹ ਕਰਜ਼ਾ ਹੋਰ ਵੱਧ ਰਿਹਾ ਆ ਦੂਸਰੀ ਗੱਲ ਇਹਨਾਂ ਨੇ ਗੱਲ ਆਖੀ ਸੀਗੀ ਕਿ ਜਿਹੜਾ ਆ ਮਾਫੀਆ ਤੇ ਜਿਹੜਾ ਆ ਆਪਣੇ ਰੇਤਾ ਜੀ ਜਿਹੜੀ ਆ ਮਾਈਨਿੰਗ ਦੀ ਜਿਹੜਾ ਆ ਉਹਦਾ ਰੈਵਨਿਊ ਤੋਂ ਜਿਹੜਾ ਆਊਗਾ ਉਹਦੇ ਨਾਲ ਜਿਹੜਾ ਪੰਜਾਬ ਦੇ ਜਿਹੜੇ ਵਾਅਦੇ ਪੂਰੇ ਕੀਤੇ ਜਾਣਗੇ ਪਰ ਹੁਣ ਸਵਾਲ ਇਹ ਵੀ ਉੱਠਦਾ ਹੈ ਤੇ ਹੁਣ ਉਹ ਵਾਅਦੇ ਪੂਰੇ ਕੀਤੇ ਜਾਣਗੇ ਤੇ ਉਦੋਂ ਭਗਵੰਤ ਮਾਨ ਜੀ ਦਾ ਪਿੱਛੇ ਜਿਹੜਾ ਆ ਜਿਹੜਾ ਆ ਬਿਆਨ ਆਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਹੱਥ ਦੇ ਵਿੱਚ ਜਿਹੜਾ ਹਰਾ ਪੈਨ ਹੈ ਤੇ ਪੰਜਾਬੀਆਂ ਨੂੰ ਜਿਹੜਾ ਥੋੜਾ ਸਬਰ ਕਰਨਾ ਚਾਹੀਦਾ ਆ ਹਰੇ ਜਿਹੜੇ ਸਾਡੇ ਅਹੁਦੇਦਾਰ ਨੇ ਹਲੇ ਕੁਰਸੀਆਂ ਦੇ ਉੱਤੇ ਬੈਠੇ ਨੇ ਮੈਨੂੰ ਕੱਲਾ ਕੱਲਾ ਜਿਹੜਾ ਵਾਅਦਾ ਜਿਹੜਾ ਆ ਕੀਤਾ ਹੋਇਆ ਉਹ ਯਾਦ ਹੈ ਜੀ ਪਰ ਭਗਵੰਤ ਮਾਨ ਜੀ ਅੱਜ ਵੀ ਜਿਹੜਾ ਆ ਤੁਹਾਡੇ ਜਿਹੜਾ ਆ ਇਹ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜਾ ਆ ਲਗਾਤਾਰ ਜਿਹੜਾ ਆ ਉਹੀ ਦੌਰ ਚੱਲ ਰਿਹਾ ਆ ਉਸੇ ਤਰ੍ਹਾਂ ਜਿਹੜੀਆਂ ਫੀਸਾਂ ਵਸੂਲੀਆਂ ਜਾ ਰੀਆਂ ਨੇ ਉਸੇ ਤਰ੍ਹਾਂ ਮਾਪਿਆਂ ਨੂੰ ਜਿਹੜਾ ਆ ਕਾਪੀਆਂ ਕਿਤਾਬਾਂ ਖਰੀਦਣ ਵਾਸਤੇ ਜਿਹੜਾ ਆ ਇੱਕੋ ਹਾਂਜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇੱਕੋ ਦੁਕਾਨ ਤੋਂ ਜਿਹੜੀ ਆ ਉਹ ਖਰੀਦਣੀ ਪੈ ਰਹੀ ਹੈ ਤੇ ਕਰਪਸ਼ਨ ਦੀ ਗੱਲ ਕਰ ਲਈਏ ਫਤੇਗੜ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਰੁਹੀ ਜੀ ਉੱਥੇ ਜਿਹੜਾ ਆ ਇੱਕ ਬਿਜਲੀ ਬੋਰਡ ਦਾ जेई ਸੀਗਾ ਇੱਕ ਕਿਸਾਨ ਆਪਣੀ ਕੰਬਾਈਨ ਲੈ ਕੇ ਆ ਰਿਹਾ ਸੀਗਾ ਤੇ ਉਸ ਦੇ ਕੋਲੋਂ ਜਿਹੜੀ ਬਿਜਲੀ ਦੀ ਤਾਰ ਟੁੱਟ ਗਈ ਤੇ ਪਤਾ ਲੱਗਿਆ ਬਿਜਲੀ ਬੋਰਡ ਅਧਿਕਾਰੀਆਂ ਨੂੰ ਕਿ ਉਹਦੇ ਕੋਲ ਟੁੱਟੀ ਆ ਤਾਂ ਬਿਜਲੀ ਬੋਰਡ ਦੇ ਅਧਿਕਾਰੀ ਜਈ ਨੇ ਜਿਹੜਾ ਆ ਉਸ ਨੂੰ ਮੈਂ ਉਹਦਾ ਜਿਹੜਾ ਨਾਮ ਜਿਹੜਾ ਗੁਪਤ ਰੱਖਣਾ ਚਾਹੂੰਗਾ ਤੇ ਉਸ ਨੇ ਜਿਹੜਾ ਆ 15000 ਰੁਪਏ ਦੀ ਮੰਗ ਕੀਤੀ 15000 ਤੋਂ ਜਿਹੜਾ 5000 ਰੁਪਏ ਦੇ ਵਿੱਚ ਜਿਹੜਾ ਆ ਉਹ ਮੰਨੇਗਾ ਕਿ 5000 ਰੁਪਏ ਜਿਹੜਾ ਮੈਂ ਲਵਾਂਗਾ ਹੂੰ ਤੇ ਉਹ ਕਿਸਾਨ ਨੇ ਜਿਹੜੀ ਫਸਲ ਜਿਹੜੀ ਵੇਚੀ ਸੀਗੀ ਉਹਦੇ ਵਿੱਚੋਂ ਜਿਹੜਾ ਆ 5000 ਰੁਪਏ ਜਿਹੜਾ ਆ ਆ ਮਤਲਬ ਕੱਢ ਕੇ ਜਾਂ ਕਿਸੇ ਵੀ ਤਰ੍ਹਾਂ ਜਿਹੜਾ ਆ ਓਕਾ ਓੱਖਾ ਸੌਖਾ ਜਿਹੜਾ ਆ ਉਹ ਜਿਹੜਾ ਆ ਐਮਐਲਏ ਦੇ ਨਾਲ ਗੱਲਬਾਤ ਕੀਤੀ ਗਈ ਐਮਐਲਏ ਨੇ ਗੱਲਬਾਤ ਕਰਕੇ ਜਿਹੜਾ ਆ ਉਸ ਨੂੰ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਤੋਂ ਜਿਹੜਾ ਐਮਐਲਏ ਦਾ ਜਿਹੜਾ ਆ ਉਹ ਛਾਪਾ ਜਿਹੜਾ ਆ ਉਹ ਮਾਰਿਆ ਗਿਆ ਤੇ ਉਸ ਜੇ ਨੂੰ ਜਿਹੜਾ ਉਹ ਕਬਜ਼ ਕਰ ਰਿਹਾ ਤੇ ਇਹ ਕਿਆ ਜਾ ਰਿਹਾ ਆ ਕਿ ਜਿਹੜਾ ਆ ਲੋਕੀ ਜਿਹੜੇ ਹਲੇ ਆਪਣੇ ਆਪ ਨੂੰ ਜਿਹੜਾ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ ਜੇ ਸਰਕਾਰਾਂ ਥੋੜੀ ਸ਼ਕਤੀ ਵਰਤਦੀਆਂ ਨੇ ਜੇ ਸਰਕਾਰਾਂ ਰੋਹੀ ਜੀ ਸ਼ਕਤੀ ਵਰਤਦੀਆਂ ਨੇ ਤੇ ਫਿਰ ਲੋਕਾਂ ਦਾ ਇਹ ਕਹਿਣਾ ਹੁੰਦਾ ਆ ਕਿ ਸਰਕਾਰ ਜਿਹੜੀ ਆ ਜ਼ਿਆਦਾ ਸ਼ਕਤੀ ਵਰਤਦੀ ਆ ਅਸੀਂ ਸਰਕਾਰਾਂ ਦੇ ਉੱਤੇ ਜਿਹੜਾ ਆ ਸਾਰਾ ਜਿਹੜਾ ਥੋਪ ਦਿੰਨੇ ਆ ਸਾਨੂੰ ਆਪਣੇ ਆਪ ਵੀ ਜਿਹੜਾ ਆ ਸੁਧਰਨ ਦੀ ਲੋੜ ਹੈ ਚਾਹੇ ਅਸੀਂ ਨਸ਼ੇ ਦੀ ਗੱਲ ਕਰ ਲਈਏ ਕਰਪਸ਼ਨ ਦੀ ਗੱਲ ਕਰ ਲਈਏ ਕਿਸੇ ਵੀ ਗੱਲ ਤਰੀਕੇ ਦੇ ਕਰ ਲਈਏ ਸਾਨੂੰ ਆਪਣੀਆਂ ਆਤਾਂ ਦੇ ਵਿੱਚ ਵੀ ਜਿਹੜਾ ਆ ਉਹ ਸੁਧਾਰ ਕਰਨਾ ਚਾਹੀਦਾ ਆ ਸੋ ਇਸ ਕਰਕੇ ਜੀ ਜੀ ਗੰਦੀਪ ਜੀ ਜੇ ਇਸ ਸਮੇਂ ਬਲੀ ਨਜ਼ਰ ਆ ਪਈਏ ਤਾਂ ਸਮਝ ਹੋਇਆ ਪ੍ਰੋਗਰਾਮ ਦਾ ਸਮਾਪਤ ਹੋ ਚੁੱਕੀ ਹੈ ਇਸੇ ਵੀ ਰਜਕਾ ਨੂੰ ਫਿਰ ਤੋਂ ਮਿਲਾਂਗੇ ਮੰਡੇ ਨੂੰ ਹੁਣ ਤੁਹਾਡੇ ਨਾਲ ਮੁਲਾਕਾਤ ਹੋਏਗੀ ਹੁਣ ਦਿਓ ਇਜਾਜ਼ਤ ਰੁਹੀ ਗਰੋਵਰ ਤੇ ਗਗਨਦੀਪ ਨੰਦਪੁਰੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ